ਸ਼ੀਸ਼ੇ ਵਾਲੇ ਗੇਟ ਨੇ ਬਚਾ ਲਿਆ ਲੱਖਾਂ ਦਾ ਨੁਕਸਾਨ। ਚੋਰਾਂ ਨੇ ਤੋੜ ਦਿੱਤਾ ਸ਼ਟਰ ਪਰ ਨਹੀਂ ਟੁੱਟਿਆ ਸ਼ੀਸ਼ਾ। ਤਾਂ ਦੱਸ ਦੇ ਕਿ ਚੋਰਾਂ ਦੇ ਵੱਲੋਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਇਹਨਾਂ ਦੇ ਵੱਲੋਂ ਪਹਿਲਾਂ ਇੱਕ ਦੁਕਾਨ ਦਾ ਸ਼ਟਰ ਤੋੜਿਆ ਗਿਆ ਅਤੇ ਫਿਰ ਉੱਥੋਂ ਲੱਖਾਂ ਰੁਪਏ ਦੀ ਚੋਰੀ ਕਰਦੇ ਨੇ। ਜਦਕਿ ਜਦ ਇਹ ਦੂਸਰੀ ਦੁਕਾਨ ਦਾ ਸ਼ਟਰ ਤੋੜਦੇ ਨੇ ਤਾਂ ਅੱਗੇ ਸ਼ੀਸ਼ੇ ਵਾਲਾ ਗੇਟ ਹੁੰਦਾ, ਜਿਸ ਨੂੰ ਵੇਖ ਕੇ ਇਹ ਚੋਰ ਪੁੱਠੇ ਪੈਰ ਹੋ ਜਾਂਦੇ ਨੇ, ਕਿਉਂਕਿ ਸ਼ੀਸ਼ਾ ਇਹਨਾਂ ਤੋਂ ਟੁੱਟਿਆ ਨਹੀਂ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਬਚ ਜਾਂਦਾ। ਤਾਂ ਦੱਸ ਦੇ ਕਿ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ, ਜਿੱਥੇ ਬੀਤੀ ਰਾਤ ਸਦਰ ਬਾਜ਼ਾਰ ਦੇ ਵਿੱਚ ਦੋ ਦੁਕਾਨਾਂ ਦੇ ਸ਼ਟਰ ਹੈ ਜਿਹੜੇ ਉਹ ਚੋਰਾਂ ਦੇ ਵੱਲੋਂ ਤੋੜੇ ਗਏ ਨੇ। ਤਾਂ ਇਸ ਦੇ ਵਿੱਚ ਇੱਕ ਦੁਕਾਨ ਦੇ ਵਿੱਚ ਇਹਨਾਂ ਦੇ ਵੱਲੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ ਜਾਂਦੀ ਹੈ, ਤਾਂ ਫਿਰ ਇਹ ਦੂਸਰੀ ਦੁਕਾਨ ਦੇ ਵੱਲ ਵੱਧਦੇ ਨੇ, ਤਾਂ ਉਸਦਾ ਵੀ ਸ਼ਟਰ ਇਹਨਾਂ ਦੇ ਵੱਲੋਂ ਤੋੜ ਦਿੱਤਾ ਜਾਂਦਾ। ਪਰ ਦੁਕਾਨ ਦੇ ਅੱਗੇ ਸ਼ੀਸ਼ਾ ਲੱਗਿਆ ਹੁੰਦਾ, ਜਿਸ ਤੋਂ ਬਾਅਦ ਚੋਰ ਸ਼ੀਸ਼ਾ ਨਹੀਂ ਤੋੜ ਪਾਉਂਦੇ ਅਤੇ ਪੁੱਠੇ ਮੁੜ ਜਾਂਦੇ ਨੇ, ਜਿਸ ਕਾਰਨ ਇਸ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਤੋਂ ਬਚ ਗਿਆ। ਤਾਂ ਮੌਕੇ 'ਤੇ CCTV 'ਚ ਇਹ ਸਾਰੀ ਵਾਰਦਾਤ ਕੈਦ ਹੋਈ ਹੈ, ਜਿਸ ਤੋਂ ਬਾਅਦ ਵਪਾਰੀਆਂ ਦੇ ਵਿੱਚ ਰੋਸ ਹੈ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੁਲਿਸ ਨੂੰ ਸਖ਼ਤੀ ਵਰਤਣੀ ਚਾਹੀਦੀ ਹੈ ਤਾਂ ਜੋ ਚੋਰੀ ਦੀਆਂ ਵਾਰਦਾਤਾਂ ਨੂੰ ਘਟਾਇਆ ਜਾ ਸਕੇ ਅਤੇ ਇਹਨਾਂ ਚੋਰਾਂ 'ਤੇ ਨਕੇਲ ਪਾਈ ਜਾ ਸਕੇ। ਥਾਣਾ ਇੰਨੀ ਨਜ਼ਦੀਕ ਹੋਣ ਦੇ ਬਾਵਜੂਦ ਵੀ ਅੱਜ ਕੱਲ੍ਹ ਚੋਰਾਂ ਦੀ ਇੰਨੀ ਹਿੰਮਤ ਵੱਧ ਗਈ ਹੈ ਕਿ ਉਹ ਆਪਣੀ ਦੁਕਾਨਾਂ ਦੇ ਸ਼ਟਰ ਭੰਨ ਭੰਨ ਕੇ ਅੰਦਰ ਆਈ ਜਾਂਦੇ ਨੇ। ਇਹਦਾ ਇੱਕੋ ਹੀ ਹੱਲ ਹੈ ਵੀ ਆਪਣੇ ਪੁਲਿਸ ਵਾਲਿਆਂ ਨੂੰ ਥੋੜ੍ਹੀ ਸਖ਼ਤੀ ਵਰਤਣੀ ਚਾਹੀਦੀ ਹੈ ਲੋਕਾਂ ਕੋਲ। ਮੈਂ ਸਦਰ ਬਾਜ਼ਾਰ ਦਾ ਰਹਿਣ ਵਾਲਾ, ਮੇਰੀ ਦੁਕਾਨ ਹੈ ਇੱਥੇ ਬਾਂਸਲ ਕਿਚਨ ਗੈਲਰੀ ਦੇ ਨਾਮ 'ਤੇ, ਭਾਂਡਿਆਂ ਸਾਡਾ ਕੰਮ ਹੈ। ਕੱਲ੍ਹ ਰਾਤ ਇੱਥੇ 12:30 ਵਜੇ ਇੱਕ ਚੋਰ ਆਇਆ, ਉਹਨੇ ਸਾਡਾ ਜਿੰਦਾ ਭੰਨਿਆ, ਕੁਦਰਤੀ ਸਾਡੇ ਸ਼ੀਸ਼ਾ ਲੱਗਿਆ, ਉਸ ਕਰਕੇ ਸਾਡੀ ਬੱਚਤ ਰਹਿ ਗਈ, ਨਹੀਂ ਤਾਂ ਸਾਡੀ ਦੁਕਾਨ ਦੇ ਅੰਦਰ 10-20 ਲੱਖ ਰੁਪਏ ਦਾ ਨੁਕਸਾਨ ਲਾਜ਼ਮੀ ਸੀਗਾ। ਅਤੇ ਆਪਣੀ ਸਰਕਾਰ ਨੂੰ ਪੂਜੋ ਬੇਨਤੀ ਹੈ ਕਿ ਇਸ ਚੀਜ਼ 'ਤੇ ਕੋਈ ਸਟ੍ਰਿਕਟ ਐਕਸ਼ਨ ਲਿੱਤਾ ਜਾਵੇ। ਹਾਂਜੀ, CCTV ਫੁਟੇਜ ਚਾਹੀਏ, ਇੱਕੋ ਹੀ ਬੰਦਾ ਸੀ, ਇਹ ਪੂਰਾ ਦਲੇਰ ਵਾਲਾ ਸੀਗਾ, ਪੂਰੀ ਇਹਨੇ ਆਪਦੀ ਰਾਡ ਚੱਕੀ ਫਿਰਦਾ ਸੀਗਾ, ਇਹਨੇ ਉਹਦੇ ਨਾਲ ਆਪਣਾ ਲੌਕ ਭੰਨਿਆ, ਸ਼ੀਸ਼ਾ ਦੇਖ ਕੇ ਬਸ ਉਹ ਘਬਰਾ ਗਿਆ ਥੋੜ੍ਹਾ ਜਿਹਾ, ਨਹੀਂ ਤਾਂ ਅੰਦਰ ਆ ਗਿਆ ਸੀ ਬਸ। ਆਪਣੀ ਸਦਰ ਬਾਜ਼ਾਰ ਦੇ ਵਿੱਚ ਹੀ ਡਾਕਟਰ ਹਿਮਰਾਜ ਜੈਨ ਹੋਸਪਿਟਲ ਦੇ ਸਾਹਮਣੇ ਸਰ, ਸਵੇਰੇ ਮੇਰਾ ਮੁਲਾਜ਼ਮ ਆਇਆ ਦੁਕਾਨ ਖੋਲ੍ਹਣ ਵਾਸਤੇ, ਤਾਂ ਉਹਦਾ ਫੋਨ ਆਇਆ ਮੇਰੇ ਕੋਲ, ਕਹਿੰਦਾ ਜੀ ਦੁਕਾਨ ਦੇ ਸ਼ਟਰ ਚੱਕਿਆ ਪਿਆ ਜਿੰਦੇ ਟੁੱਟੇ ਪਏ ਨੇ। ਜਦੋਂ ਅੰਦਰ ਬੜੇ ਸਾਰਾ ਗੱਲਾ ਗੁੱਲਾ ਖੁੱਲ੍ਹਾ ਸੀਗਾ, ਗੱਲੇ ਦੇ ਲੋਕ ਟੁੱਟੇ ਪਏ ਸੀਗੇ ਜੀ, ਸਾਰੇ ਦਰਾਜ ਦਰੂਜ ਖੁੱਲ੍ਹੇ ਪਏ ਸੀ, ਸਾਰੀਆਂ ਕਾਪੀਆਂ ਕਿਤਾਬਾਂ ਮਤਲਬ ਉਲਟ ਪੁਲਟ ਕੀਤੀਆਂ ਪਈਆਂ ਸੀ ਜੀ, ਸਾਰਾ ਜਿਹੜਾ ਗੱਲੇ 'ਚ ਕੈਸ਼ ਸੀ ਉਹ ਚੱਕ ਕੇ ਲੈ ਗਏ ਜੀ। ਕਿੰਨਾ ਦਾ ਕੈਸ਼ ਸੀਗਾ? ਕੈਸ਼ ਨੀਅਰ ਅਬਾਊਟ 20-25 ਹਜ਼ਾਰ ਦੇ ਵਿੱਚ ਸੀ। ਪ੍ਰਸ਼ਾਸਨ ਤੋਂ ਤਾਂ ਅਸੀਂ ਇਹੀ ਮੰਗ ਕਰਾਂਗੇ ਜੀ ਵੀ ਆਪਦਾ ਚੌਕਸੀ ਮਤਲਬ ਰੱਖਣ ਜੀ, ਧਿਆਨ ਰੱਖਣ, ਰਾਤ ਨੂੰ ਸਿਕਿਉਰਿਟੀ ਹੋਰ ਵਧਾਉਣ ਜੀ, ਨਸ਼ਾ 'ਤੇ ਪਾਬੰਦੀ ਲਾਈ ਜਾਵੇ। ਇਹ ਥਾਣਾ ਸਦਰ ਬਰਨਾਲਾ ਜਿਹੜਾ ਬਰਨਾਲਾ ਜੀ, ਉਹਦੇ ਵਿੱਚ ਦੁਕਾਨਾਂ ਨੇ, ਪਹਿਲਾਂ ਇੱਕ ਇਹਦੀ ਬਾਣ ਵਗੈਰਾ ਦੀ ਦੁਕਾਨ ਆ ਜੀ, ਇੱਕ ਹੈਗੀ ਆ ਭਾਂਡਿਆਂ ਦੀ ਦੁਕਾਨ ਆ ਜੀ। ਉੱਥੇ ਲਗਭਗ 12:30 ਵਜੇ ਇੱਕ ਦੁਕਾਨ 'ਤੇ 12:30 ਫੁਟੇਜ 'ਤੇ ਪਤਾ ਲੱਗਿਆ, ਇੱਕ 'ਤੇ 4:30 ਵਜੇ ਪਤਾ ਲੱਗਿਆ ਜੀ। ਕਿੰਨਾ ਕੁ ਨੁਕਸਾਨ ਹੋਇਆ ਮਤਲਬ? ਨੁਕਸਾਨ ਇੱਕ ਦੁਕਾਨ 'ਤੇ ਤਾਂ ਕੈਸ਼ 15-20 ਹਜ਼ਾਰ ਦੇ ਕਰੀਬ ਆ, ਅਤੇ ਪਰ ਜਿਹੜੀ ਦੂਜੀ ਦੁਕਾਨ ਉਹਦੇ ਕੋਈ ਨੁਕਸਾਨ ਨਹੀਂ, ਉਹਦਾ ਇਕੱਲੇ ਸ਼ਟਰ ਭੰਨਿਆ ਗਿਆ ਫਰੰਟ ਦਾ, ਅਤੇ ਅੱਗੇ ਸ਼ੀਸ਼ੇ ਦਾ ਸ਼ਟਰ ਸੀ ਉਹ ਨਹੀਂ, ਉੱਥੋਂ ਕਰੋਸ ਨਹੀਂ ਹੋ ਸਕੇ ਉਹ। ਚਲੋ ਇਹ ਤਾਂ ਬਾਅਦ ਦੀ ਗੱਲ, ਬਾਅਦ ਫਿਰ ਵੀ ਅਸੀਂ ਫੁਟੇਜ ਵਗੈਰਾ ਲਈ ਆ, ਇਸ ਸੰਬੰਧੀ ਜੋ ਜੈਸੀ ਜਿਵੇਂ ਹੋਊ ਸਾਹਮਣੇ ਗੱਲ ਆਊ, ਉਸ ਸੰਬੰਧੀ ਕਾਰਵਾਈ ਆਉਣ 'ਚ ਲਿਆਉਂਦੀ ਜਾਊ। ਦੋਸ਼ੀਆਂ ਨੂੰ ਫੁਟੇਜ ਲੈ ਲਈ ਅਸੀਂ, ਜੋ ਹੋਰ ਵੀ ਕੋਸ਼ਿਸ਼ ਕਰਾਂ, ਜਿੱਥੇ ਵੀ ਸਾਨੂੰ ਕੋਈ ਕਲਿਊ ਮਿਲਦਾ ਉਸ ਸੰਬੰਧੀ ਵੱਧ ਤੋਂ ਵੱਧ ਇਕੱਠੀ ਜਾਣਕਾਰੀ ਇਕੱਠੀ ਕਰਕੇ ਕਾਰਵਾਈ ਆਉਣ 'ਚ ਲਿਆਵਾਂਗੇ।